ਇੱਕ ਕਾਂਗਰਸ ਦੇ ਵਿਧਾਇਕ ਤੇ ਚਲਦੀ ਕਾਰ ਦੇ ਵਿੱਚ ਹਮਲਾ ਕੀਤਾ ਗਿਆ। ਦੱਸ ਦਈਏ ਕਿ ਲੋਹੇ ਦੀ ਰਾੜ ਦੇ ਨਾਲ ਪਿੱਛੋਂ ਦੀ ਅਟੈਕ ਹੋਇਆ, ਜਿਸ ਦੇ ਕਾਰਨ ਕਾਰ ਦਾ ਪਿਛਲਾ ਹਿੱਸਾ ਵੀ ਨੁਕਸਾਨਿਆ ਗਿਆ। ਤਾਂ ਦੱਸ ਦਈਏ ਕਿ ਜਿੱਥੇ ਸ਼ੀਸ਼ਾ ਟੁੱਟਿਆ ਪਿਛਲਾ, ਉੱਥੇ ਗੱਡੀ ਦੇ ਉੱਤੇ ਵੀ ਡੈਂਟ ਪੈ ਗਏ ਨੇ ਤੇ ਹੁਣ ਵਿਧਾਇਕ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਜਾ ਰਹੀ ਹੈ। ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਇਹ ਵਿਧਾਇਕ ਆਇਆ ਹੋਇਆ ਸੀ ਹਿਮਾਚਲ ਦਾ, ਵਿਵੇਕ ਸ਼ਰਮਾ ਜੋ ਕਿ ਕਾਂਗਰਸ ਦੇ ਵਿਧਾਇਕ ਨੇ, ਉਹ ਪੰਜਾਬ ਦੇ ਵਿੱਚ ਆਏ ਹੋਏ ਸੀ ਤੇ ਇਸੇ ਦੌਰਾਨ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ। ਲੋਹੇ ਦੀ ਰਾੜ ਨਾਲ ਬਾਈਕ ਤੇ ਆਏ ਦੋ ਬਦਮਾਸ਼ਾਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ ਤੇ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦਈਏ ਕਿ SP ਮਨੋਜ ਠਾਕੁਰ ਨਾਲ ਜਦੋਂ ਇਸ ਮਾਮਲੇ ਤੇ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਕਿ ਹਿਮਾਚਲ ਦੇ MLA ਜਿਨ੍ਹਾਂ ਦਾ ਨਾਮ ਵਿਵੇਕ ਸ਼ਰਮਾ, ਉਹ ਜਲੰਧਰ ਤੋਂ ਹਿਮਾਚਲ ਵੱਲ ਨੂੰ ਜਾ ਰਹੇ ਸੀ ਅਤੇ ਉਹਨਾਂ ਦੇ ਉੱਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਹਮਲਾ ਕੀਤਾ ਗਿਆ, ਜਿਸ ਨਾਲ ਉਹਨਾਂ ਦੀ ਗੱਡੀ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ, ਜਿਸ 'ਤੇ ਜਾਂਦੇ ਜਾਂਦੇ ਮੰਗੂਵਾਲ ਬੈਰੀਅਰ 'ਤੇ ਬੈਠੇ ਮੁਲਾਜ਼ਮਾਂ ਨੂੰ ਉਹਨਾਂ ਨੇ ਸਾਰੀ ਗੱਲ ਦੱਸੀ ਹੈ। ਇਸ 'ਤੇ ਮੁਲਾਜ਼ਮਾਂ ਨੇ ਕਿਹਾ ਕਿ ਸਾਰੀ ਘਟਨਾ ਉਹ ਸਾਡੇ ਵੱਡੇ ਅਫਸਰਾਂ ਦੇ ਧਿਆਨ ਵਿੱਚ ਲਿਆ ਦੇਣ, ਜਿਸ ਤੋਂ ਬਾਅਦ ਉਹ ਵਾਪਸ ਹਿਮਾਚਲ ਚਲੇ ਗਏ। SP ਦਾ ਇਸ 'ਤੇ ਕਹਿਣਾ ਹੈ ਕਿ ਉਹ ਆਪਣੇ ਤੌਰ 'ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਅਤੇ ਜਲਦੀ ਹੀ ਸਾਰੇ ਆਰੋਪੀਆਂ ਨੂੰ ਫੜ ਲਿਆ ਜਾਵੇਗਾ। ਗਨੀਮਤ ਰਹੀਏ ਕਿ ਇਸ ਹਾਦਸੇ ਦੇ ਵਿੱਚ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਤੇ ਨਾ ਹੀ ਕੋਈ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਇਆ। ਪਰ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਹੁੰਦੇ ਨੇ, ਕਿਉਂਕਿ ਹਿਮਾਚਲ ਦਾ MLA ਕਾਂਗਰਸ ਦਾ ਜਦੋਂ ਪੰਜਾਬ ਦੇ ਵਿੱਚ ਆਇਆ ਤਾਂ ਉਸਦੇ ਉੱਤੇ ਹਮਲਾ ਹੋ ਜਾਣਾ ਵੱਡੇ ਸਵਾਲ ਖੜੇ ਕਰਦਾ। ਫਿਲਹਾਲ ਪੁਲਿਸ ਜੋ ਹੈ ਆਪਣੇ ਵੱਲੋਂ ਲਗਾਤਾਰ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਲੇ ਦੁਆਲੇ ਲੱਗੇ CCTV ਫੁਟੇਜ ਖੰਗਾਲੇ ਜਾ ਰਹੇ ਨੇ ਕਿ ਆਖਰ ਉਹ ਦੋਵੇਂ ਅਣਪਛਾਤੇ ਬਦਮਾਸ਼ ਹੈ ਕੌਣ ਸੀ, ਕੀ ਦੁਸ਼ਮਣੀ ਸੀ ਉਹਨਾਂ ਦੀ MLA ਦੇ ਨਾਲ, ਕਿ ਜੋ ਲੋਹੇ ਦੀ ਰਾੜ ਦੇ ਨਾਲ ਉਹਨਾਂ ਦੀ ਗੱਡੀ ਦੇ ਉੱਤੇ ਹਮਲਾ ਕੀਤਾ ਗਿਆ, ਜਿਸ ਦੇ ਕਾਰਨ ਪਿਛਲਾ ਸ਼ੀਸ਼ਾ ਟੁੱਟਿਆ ਅਤੇ ਗੱਡੀ 'ਤੇ ਵੀ ਡੈਂਟ ਪੈ ਗਏ ਨੇ। ਅੱਜ ਇੱਕ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਵਿਵੇਕ ਸ਼ਰਮਾ ਜਿਹੜੇ ਉਹਨਾਂ ਦੇ ਜੀਵਨੀ ਚੌਣ ਦੇ ਵਿੱਚ MLA ਜਿੱਤੇ ਨੇ, ਉਹਨਾਂ ਨਾਲ ਵੀ ਗੱਲ ਹੋਈ ਆ, ਸਾਡੇ ਨਾਕੇ 'ਤੇ ਵੀ ਗੱਲ ਹੋਈ ਆ, ਪਰ ਉਹਨਾਂ ਨੇ ਕੋਈ ਵੀ ਸਾਨੂੰ ਕੰਪਲੇਂਟ ਨਹੀਂ ਦਿੱਤੀ ਹੈ। ਉਹਨਾਂ ਵੱਲੋਂ ਜਿਹੜੀ ਵੀ ਵੀਡੀਓ ਚਲਾਈ ਗਈ ਆ ਕਿ ਮੇਰੀ ਗੱਡੀ 'ਤੇ ਰੌੜ ਮਾਰੀ ਗਈ ਆ, ਉੱਦਾਂ ਦੀ ਕੋਈ ਵੀ ਕੰਪਲੇਂਟ ਸਾਨੂੰ ਕੋਈ ਮਸੂਲ ਨਹੀਂ ਹੋਈ, ਨਾ ਸਾਡੇ ਥਾਣੇ ਹੋਈ ਆ। ਨਾਕੇ 'ਤੇ ਜ਼ਰੂਰ ਗੱਲ ਹੋਈ ਆ, ਨਾਕਾ ਇੰਚਾਰਜ ਨੇ ਮੈਂ ਗੱਲ ਕੀਤੀ, ਉਹਨਾਂ ਨੇ ਦੱਸਿਆ ਵੀ ਸਰ ਸਿਰਫ ਛੋਟਾ ਜਿਹਾ ਡੈਂਟ ਪਿਆ ਸੀਗਾ ਉਹਨਾਂ ਦੀ ਗੱਡੀ 'ਤੇ, ਅਤੇ ਨਾ ਕੋਈ ਪਿੱਛੋਂ ਸ਼ੀਸ਼ਾ ਛੁੱਟਿਆ, ਨਾ ਕੋਈ ਇੱਦਾਂ ਦੀ ਗੱਲ ਹੋਈ ਆ। ਫਿਰ ਵੀ ਆਪਾਂ ਵੈਰੀਫਾਈ ਕਰ ਰਹੇ ਨੇ ਵੀ ਜਿਹੜੇ ਕੋਈ ਬੰਦਿਆਂ ਨੇ ਕੋਈ ਇਹ ਚੀਜ਼ ਕੀਤੀ ਆ ਉਹਨਾਂ ਦੇ ਬਰਖਿਲਾਫ਼ ਜਿਹੜੀ ਆ ਆਪਾਂ ਕਾਰਵਾਈ ਕਰਾਂਗੇ। ਸਰ ਪੂਰਾ ਮਾਮਲਾ ਕੀ, ਪੂਰਾ ਜਿਹੜੀ ਕੀ ਗੱਲਬਾਤ, ਜਿਹੜਾ ਵਿਵੇਕ ਸ਼ਰਮਾ ਜੀ ਨੇ ਅੱਜ ਇੱਕ ਵੀਡੀਓ ਦਿੱਤੀ ਆ, ਉਹਨਾਂ ਨੇ ਇਹ ਦੱਸਿਆ ਕਿ ਮੇਰੀ ਗੱਡੀ 'ਤੇ ਜਿਹੜਾ ਹਮਲਾ ਹੋਇਆ, ਪਰ ਜਦੋਂ ਉਹ ਕਹਿੰਦੇ ਪਿਛਲਾ ਸਾਡਾ ਸ਼ੀਸ਼ਾ ਤੋੜਤਾ, ਬੰਦੇ ਪੈ ਗਏ ਆ, ਪਰ ਉੱਦਾਂ ਦੀ ਗੱਲ ਜਿਹੜੇ ਸਾਡੇ ਨਾਕਾ ਇੰਚਾਰਜ ਨੇ ਉਹਨਾਂ ਨੇ ਚੈੱਕ ਕੀਤਾ, ਕੋਈ ਇੱਦਾਂ ਦੀ ਚੀਜ਼ ਨਹੀਂ ਹੋਈ। ਫਿਰ ਵੀ ਸਾਡਾ ਫਰਜ਼ ਆ ਕਿ ਆਪਾਂ ਉਹ ਚੀਜ਼ ਨੂੰ ਚੈੱਕ ਕਰੀਏ ਵੀ ਹੋਇਆ ਕੀ ਸੀਗਾ। ਠੀਕ ਹੈ, ਇੱਕ ਰਿਸਪੋਂਸੀਬਲ ਬੰਦੇ ਨੇ, MLA ਨੇ, ਉਹਨਾਂ ਜ਼ਿਲ੍ਹਿਆਂ ਨਾਲ ਸੰਬੰਧਿਤ ਨੇ, ਜੇ ਉਹਨਾਂ 'ਤੇ ਕਿਸੇ ਨੇ ਅਟੈਕ ਕੀਤਾ ਉਹਨਾਂ ਦਾ ਫਰਜ਼ ਬਣਦਾ ਹੀ, ਪਹਿਲਾਂ ਕਾਲ ਕਰਦੇ ਪੁਲਿਸ SSP ਸਾਹਿਬ ਨੂੰ ਕਰਦੇ, ਕਿਸੇ ਹੋਰ ਵੱਡੇ ਅਧਿਕਾਰੀ ਨੂੰ ਕਰਦੇ। ਇਹਨਾਂ ਨੇ ਕਿਸੇ ਨੂੰ ਕਾਲ ਨਹੀਂ ਕੀਤਾ, ਨਾ ਕੋਈ ਲਿਖਤੀ ਸ਼ਿਕਾਇਤ ਕੀਤੀ, ਕੋਈ ਨਾ ਲਿਖਤੀ ਸ਼ਿਕਾਇਤ ਕੀਤੀ ਆ। ਇਹ ਉਨਾ ਰੋਡ 'ਤੇ ਹੋਇਆ ਸੀਗਾ ਜੋ ਦੱਸਿਆ ਗਿਆ ਉਹਨਾਂ ਵੱਲੋਂ, ਪਰ ਹੁਣ ਵੀ ਉਹਨਾਂ ਨੂੰ ਕਾਲਾਂ ਕੀਤੀਆਂ, ਉਹਨਾਂ ਨੇ ਫੋਨ ਨਹੀਂ ਚੁੱਕਿਆ। ਸਰ ਮੌਕੇ 'ਤੇ ਜਿਹੜੀ ਚੌਂਕੀ 'ਤੇ ਉਹ ਗਏ ਸੀ ਦੱਸਿਆ,
ਉੱਥੇ ਵੀ ਕੋਈ ਕੰਪਲੇਂਟ ਨਹੀਂ ਕੁਛ ਵੀ ਕੀਤਾ? ਕੋਈ ਲਿਖਤੀ ਕੰਪਲੇਂਟ ਨਹੀਂ ਹੋਈ ਉਹਨਾਂ ਦੀ, ਨਾ ਹੀ ਉਹਨਾਂ ਨੇ ਕੰਪਲੇਂਟ ਦਿੱਤੀ ਹੈ। ਵੀਡੀਓ ਉਹਨਾਂ ਨੇ ਪਾਈ ਹੈ, ਵਾਇਰਲ ਕਰ ਰਹੇ ਆ, ਕੀ ਮਾਮਲਾ ਉਹਦਾ? ਵੀਡੀਓ ਦੇ ਵਿੱਚ ਉਹਨਾਂ ਦੇ ਜਿਹਨੇ ਵੀ ਵੀਡੀਓ ਪਾਈ ਆ ਕਿ ਜੀ ਪੰਜਾਬ ਦੇ ਵਿੱਚ ਇੱਦਾਂ ਹੋਇਆ ਉੱਦਾਂ ਹੋਇਆ, ਸਾਨੂੰ ਜਦੋਂ ਕੋਈ ਵੀ ਕਾਲ ਨਹੀਂ ਆਈ, ਕੋਈ ਵੀ ਐਪਲੀਕੇਸ਼ਨ ਨਹੀਂ ਆਈ, ਕੋਈ ਵੀ ਕੰਪਲੇਂਟ ਨਹੀਂ ਆਈ, ਨਾ ਹੀ ਦੱਸਿਆ ਗਿਆ। ਸਿਰਫ ਨਾਕੇ 'ਤੇ ਜਿਹੜਾ ਸਾਡਾ ਨਾਕਾ ਸੀਗਾ ਉੱਥੇ ਉਹਨਾਂ ਨੇ ਗੱਲ ਕੀਤੀ ਆ, ਪਰ ਉਹ ਨਾਕਾ ਇੰਚਾਰਜ ਨਾਲ ਮੇਰੀ ਗੱਲ ਹੋਈ, ਉਹ ਕਹਿੰਦਾ ਜੀ ਇਹਨਾਂ ਦਾ ਕੋਈ ਸ਼ੀਸ਼ਾ ਨਹੀਂ ਟੁੱਟਿਆ, ਨਾ ਇਹਨਾਂ ਦੀ ਗੱਡੀ 'ਤੇ ਸਿਰਫ ਥੋੜ੍ਹੀ ਜਿਹੀ ਖਰੋਸ ਆਈ ਸੀਗੀ। ਇਹਨਾਂ ਨੇ ਜਿੱਦਾਂ ਕਿਹਾ ਵੀ ਰੋਡ ਵੱਜੀ ਆ ਜਾਂ ਕੁਛ ਹੋਇਆ, ਉਹ ਉੱਦਾਂ ਦੀ ਚੀਜ਼ ਕੋਈ ਨਹੀਂ ਹੋਈ ਆ। ਜਿਹੜੀ ਵੀਡੀਓ ਉਹਨਾਂ ਨੇ ਕਿੱਥੇ ਵਾਇਰਲ ਕੀਤੀ ਤੁਹਾਨੂੰ, ਮਤਲਬ ਆਪ ਜੀ ਨੂੰ ਪਾਈ ਗਈ ਹੈ? ਤੁਹਾਨੂੰ ਔਨਲਾਈਨ 'ਤੇ ਆਈ ਅੱਜ ਵੀਡੀਓ ਸਰ, ਖਬਰ ਪਾਈ ਕਿਤੇ? ਸਰ ਨੇ ਸਾਨੂੰ ਭੇਜਿਆ, ਅਸੀਂ ਚੈੱਕ ਕਰਾ ਰਹੇ ਹਾਂ, ਸਾਰੇ ਵੀਡੀਓ ਕੈਮਰੇ ਅਸੀਂ ਚੈੱਕ ਕਰ ਰਹੇ ਨੇ, ਜਿਹਨੇ ਬੰਦੇ ਨੇ ਵੀ ਕੋਈ ਸ਼ਰਾਰਤ ਕੀਤੀ ਆ ਜਾਂ ਇਹੋ ਜਿਹੀ ਵਾਰਦਾਤ ਕੀਤੀ ਆ ਉਹਦੇ ਪਰ ਖਿਲਾਫ ਅਸੀਂ ਕਾਰਵਾਈ ਕਰਾਂਗੇ ਔਰ ਫੜ ਕੇ ਉਹਦੇ ਉੱਪਰ ਪਰਚਾ ਦਰਜ ਕਰਾਂਗੇ।